ਏਦਾਂ ਉੱਦਾਂ ਕੋਈ ਵੀ ਗੱਲ ਕਰਦੀ, ਉਹ ਨਹੀਂ ਅੰਦਰੋਂ ਬਾਹਰ ਨਿਕਲੀ, ਨਾ ਹੂੰ ਨਾ ਹਾਂ। ਜੇ ਹੁਣ ਮੈਂ ਸੁਮਨ ਨੂੰ ਆਖਿਆ ਵਾ ਵੀ ਕੁਛ ਮੰਗਾਉਣਾ ਵਾ, ਸੁਮਨ ਹੀ ਗਾੜੀ ਗੁੰਮ ਸੁੰਮ ਜਿਹੀ ਹੋ ਗਈ ਆ। ਮੈਂ ਵੀ ਕਾਹਤੋਂ ਤੂੰ ਗੁੱਸਾ ਕੀਤਾ, ਕੀ ਗੱਲ ਵਾ? ਆਖੇ ਮੈਂ ਮੰਗਾ ਲੂੰਗੀ ਆਪੇ, ਕੋਈ ਗੱਲ ਨੀ। ਮਗਰੋਂ ਤੋੜੀ ਹੁਣ ਕਹਿੰਦੀ ਇਹ ਜਿੱਥੇ ਜੀ ਕਰਦਾ ਉੱਥੇ ਤੁਰ ਪੈਂਦੇ ਆ। ਨਹੀਂ ਤੇ ਮੈਂ ਤੇ ਚੁੱਪ ਹੀ ਰਹੀ ਗਾੜੀ, ਮੈਂ ਤੇ ਕੋਈ ਨੀ ਗਾੜੀ। ਨਹੀਂ ਨਹੀਂ ਤੇ ਕੀ ਗੱਲ ਵੀ ਤੂੰ ਇਹਨਾਂ ਦੀ ਗਾੜੀ ਕਿਉਂ ਨੀ ਕੋਈ? ਤੇ ਕੀ ਮੈਂ ਤੂੰ ਚੁੱਪ ਰਹੀ ਗਾੜੀ ਇਹਨਾਂ ਦੇ? ਹੁਣ ਕਿਸੇ ਵੇਲੇ ਚੁੱਪ ਵੀ ਰਹਿਣਾ ਪੈਂਦਾ ਵਾ। ਮੈਂ ਹੁਣ ਦੱਸ ਕੀ ਕਰਾਂ, ਮੈਂ ਸਾਰੀਆਂ ਗੱਲਾਂ ਕਰਾਂ ਤੇ ਫੇਰ ਰੌਲਾ ਪਾਉਣਾ ਹੀਗਾ ਉੱਥੇ। ਮਨਪ੍ਰੀਤ ਦੀ ਗਾੜੀ ਤੇ ਬੜੀ ਬੋਲਦੀ ਤੂੰ। ਮਨਪ੍ਰੀਤ ਨੂੰ ਮੈਂ ਕੀ ਫੱਟ ਮਾਰਦੀ ਆ? ਕੀ ਮੈਂ ਮਨਪ੍ਰੀਤ ਗਾੜੀ ਬੋਲਦੀ? ਸਵੇਰ ਦੇ ਗਏ ਹਜੇ ਤੱਕ ਘਰ ਨਹੀਂ ਆਏ, ਮੈਂ ਉਹਨੂੰ ਕੀ ਕਹਿ ਦੇਣਾ? ਆ ਜਾਣਗੇ, ਮਿਲਣ ਗਏ ਆ ਨਾ, ਤੇ ਫਿਰ ਕੀ ਮਿਲ ਕੇ ਆ ਜਾਣਗੇ। ਉਹਦੇ ਗਾੜੀ ਮੈਂ ਕੀ ਬੋਲਦੀ ਆ? ਕੌਣ ਮਨਪ੍ਰੀਤ ਨੂੰ ਮੈਂ ਕੀ ਆਨੀ ਆ? ਤੂੰ ਤੇ ਉਹਨੂੰ ਟਿਕਣ ਨਹੀਂ ਦਿੰਦੀ। ਕੀ ਨਹੀਂ ਟਿਕਣ ਦਿੰਦੀ, ਦੱਸੋ ਤਾਂ ਸਹੀ ਨਾ। ਅੰਦਰ ਜਾਨੀ ਬਾਹਰ ਜਾਨੀ, ਕਿੰਨੀਆਂ ਉਹਨੂੰ ਗੱਲਾਂ ਕਰ ਦਿੰਦੀ ਤੇ ਇਹਨਾਂ ਗਾੜੀ ਤੈਨੂੰ ਗੱਲ ਹੀ ਨਹੀਂ ਆਈ। ਇਹਨਾਂ ਦਾ ਕੀ ਮਿੱਠਾ ਤੈਨੂੰ? ਮਿੱਠਾ ਮੈਨੂੰ ਕੀ ਆ ਉਹਨਾਂ ਦਾ? ਹੁਣ ਮਨਪ੍ਰੀਤ ਆ ਤੇ ਖਰਚ ਖਰਚਾ ਵਾਲੀ ਆ, ਉਹ ਵੀ ਚੀਜ਼ ਲੈ ਦੋ ਆ ਵੀ ਚੀਜ਼ ਲੈ ਦੋ, ਇਹਦੀਆਂ ਚੀਜ਼ਾਂ ਨਹੀਂ ਪੂਰੀਆਂ ਹੁੰਦੀਆਂ। ਨਹੀਂ ਤੇ ਉਹ ਨਹੀਂ ਖਰਚਾ ਕਰਦੀਆਂ, ਉਹ ਖਰਚਾ ਨਹੀਂ ਗੀਆਂ ਕਰਦੀਆਂ। ਕਿਉਂ? ਉਹਨਾਂ ਦਾ ਖਰਚਾ ਕਾਹਦਾ ਵਾ? ਉਹਨਾਂ ਦੀ ਕਦੀ ਮਾਂ ਆ ਗਈ, ਕਦੀ ਭਰਜਾਈ ਆ ਗਈ, ਕਦੀ ਭੈਣ ਆ ਗਈ, ਕਦੀ ਭੂਆ ਆ ਗਈ, ਕਦੇ ਲੱਦੀਆਂ ਪੱਥੀਆਂ ਆਉਂਦੀਆਂ, ਕਦੇ ਵੰਨ ਸਵੰਨੀਆਂ ਚੀਜ਼ਾਂ ਦੇ ਦੇ ਜਾਂਦੀਆਂ। ਦਵਿੰਦਰ, ਉਹਨਾਂ ਦੀਆਂ ਮਾਵਾਂ ਆ ਜਾਂਦੀਆਂ, ਡੈਡੀ ਆ ਜਾਂਦੇ ਆ। ਮਨਪ੍ਰੀਤ ਦਾ ਡੈਡੀ ਤੇ ਆਉਂਦਾ ਵਾ, ਉਹਦੀ ਜਿਹੜੀ ਮਾਂ ਹੈਗੀ ਆ। ਤੇ ਡੈਡੀ ਕੀ ਲੈ ਕੇ ਆਉਂਦਾ? ਆਉਂਦਾ ਤੇ ਹੈਗਾ ਹੀ ਆ ਨਾ, ਭਰਜਾਈ ਆ, ਭਰਾ ਵਾ, ਗੱਡੀ ਲਈ ਆ, ਕਿਤੇ ਹਲੇ ਤੱਕ ਡੱਬਾ ਦੇਣ ਨਹੀਂ ਆਏ। ਰੋਜ਼ ਡੱਬਾ ਡੀਕਦੀ ਆ ਤੇ ਹਾਰ ਕੇ ਆਪ ਚਲ ਗਈ ਆ ਤੇ ਡੱਬਾ ਹਲੇ ਤੱਕ ਨਹੀਂ ਆਇਆ। ਦਵਿੰਦਰ, ਡੈਡੀ ਵੀ ਉਹਦਾ ਭਰਜਾਈਆਂ ਦੇ ਹੱਥ 'ਚ ਵਾ, ਉਹ ਵਿਚਾਰਾ ਕੀ ਕਰੇ? ਹੁਣ ਮੈਂ ਇਹਨੂੰ ਕਹਿ ਕੇ ਘਲਾਇਆ ਵਾ, ਮੈਂ ਹੁਣ ਚੱਲੀ ਨਾ ਡੱਬਾ ਲੈ ਆਵੀਂ, ਅਗਲੀਆਂ ਤੇਰਾ ਟਿੱਚਰਾਂ ਕਰਨੀਆਂ, ਮਜ਼ਾਕ ਡਾਉਣਾ ਹੀ ਆ। ਆਖਣਾ ਹੁਣ ਤੂੰ ਗਈ, ਤੈਨੂੰ ਘਰ ਗਈ ਨੂੰ ਨਹੀਂ ਦਿੱਤਾ? ਨਹੀਂ, ਡੱਬਾ ਖਾ ਕੇ ਤੂੰ ਵੱਡੀ ਹੋ ਜਾਏਗੀ। ਡੱਬਾ ਖਾ ਕੇ ਤੇ ਮੈਂ ਵੱਡੀ ਨਹੀਂ ਗਾ ਹੋਣਾ, ਉਹ ਤੇ ਮੈਨੂੰ ਵੀ ਪਤਾ ਵੀ ਕਿਹੜੀਆਂ ਚੀਜ਼ਾਂ ਇੰਨੀਆਂ ਵਧੀਆ ਹੁੰਦੀਆਂ ਵਾ, ਪਰ ਮੈਂ ਨਹੀਂ ਆ। ਇਹਦਾ ਵੀ ਨੱਕ ਮੂੰਹ ਰਹਿ ਜੇ ਇੱਥੇ, ਇਹ ਵੀ ਬਰਾਬਰ ਦੀ ਲੱਗੇ ਵੀ ਚੱਲ ਅੱਛਾ, ਇਹਨੂੰ ਜਦੋਂ ਗੱਲਾਂ ਕਰਦੀਆਂ ਵਾ ਫਿਰ ਮੈਨੂੰ ਵੀ ਵਿੱਚ ਬੋਲਣਾ ਪੈਂਦਾ। ਮੈਨੂੰ ਵੀ ਫਿਰ ਜਦੋਂ ਉਹ ਮੈਨੂੰ ਕਹਿੰਦੀਆਂ ਮੰਮੀ ਇਹਦਾ ਕੀ, ਇਹਦਾ ਕੀ, ਇਹਦਾ ਕੀ, ਇੱਦਾਂ ਜਦੋਂ ਮੈਨੂੰ ਕਰਦੀਆਂ ਨਾ ਫਿਰ ਮੈਨੂੰ ਵੀ ਮਨ ਤੇ ਗੁੱਸਾ ਹੀ ਆ ਜਾਂਦਾ ਵੀ ਵਾਕਿਆ ਸਹੀ ਗੱਲ ਆ ਵੀ ਇਹਦਾ ਕੁਖ ਵੀ ਨਹੀਂ ਕਦੀ ਆਇਆ। ਤੂੰ ਇਹਨਾਂ ਨੂੰ ਕਹਿ, ਤੂੰ ਇਹਨਾਂ ਨੂੰ ਇੱਦਾਂ ਆਖਿਆ ਕਰ ਵੀ ਪੁੱਤ ਕੋਈ ਨਹੀਂ, ਇਹਦੀ ਮਾਂ ਹੈ ਨਹੀਂ ਗੀ, ਮੈਂ ਮਾਂ ਬਣ ਕੇ ਵਿਖਾਲਣਾ ਇਹਨੂੰ। ਚੱਲ ਮੇਰੇ ਨਾਲ ਬਹੁਤੀਆਂ ਗੱਲਾਂ ਨਾ ਕਰੋ, ਬੈਸੋ ਬਸਾਈ ਨਾ ਕਰੋ। ਹੁਣ ਮੈਨੂੰ ਦੱਸ ਦੋ ਮੇਰੇ ਨਾਲ ਜਾਣਾ ਬਾਜ਼ਾਰ ਕਿ ਨਹੀਂ ਜਾਣਾ? ਮੈਂ ਤੈਨੂੰ ਇੱਕੋ ਗੱਲ ਕਹਿਣਾ ਹੀ ਹੋ, ਮਨਪ੍ਰੀਤ ਨੂੰ ਓਏ ਨਾ ਆਖੀ, ਉਹਨੂੰ ਆਪਣੀ ਮਾਂ ਚੇਤੇ ਨਾ ਆਉਣ ਦੇ। ਚੱਲ ਨਹੀਂ ਆਉਣ ਦਿੰਦੀ, ਮੇਰੇ ਨਾਲ ਬਾਜ਼ਾਰੇ ਚੱਲੋ, ਸਾਸ ਨਾ ਬਣ ਮਾਂ ਬਣ, ਫੇ ਵੇਖਾਂਗੇ ਬਾਅਦ ਚ ਮੇਰੇ ਨਾਲ ਚੱਲੋ। ਹਨੇਰਾ ਹੋਣ ਡਿਆ ਵਾ ਤੇ ਚੱਲ ਫਿਰ ਜਾਣਾ ਤੇ ਚੱਲ, ਓਏ ਮੋਟਰਸਾਈਕਲ ਬਾਹਰ ਹੀ ਲੱਗਾ, ਮੈਂ ਫੜ ਲਿਆ ਮੈਂ ਆਪਣਾ ਪਰਸ, ਲੈ ਜੋ ਲਿਆਉਣਾ ਲੈ ਆ। ਡੈਡ ਜੀ ਵੇਖ ਲਓ, ਮੈਂ ਚਾਚੀ ਘਰ ਗਈ ਤੇ ਚਾਚੀ ਨੇ ਮੈਂ ਤੇ ਪੈਸੇ ਮੰਗੇ ਨੇ। ਇਹ ਨਿਆ ਮੇਰੇ ਕੋਲ ਪਾਇਆ ਸੀ ਇੱਥੇ? ਨਹੀਂ ਹੁਣ ਮੈਂ ਪੁੱਛਾਂ ਨਾ ਇਹਨੂੰ ਫਿਰ ਜਾ ਕੇ। ਨਹੀਂ ਪੁੱਛਣਾ, ਰਹਿਣ ਦੇ, ਪ੍ਰਾਹੁਣਿਆਂ ਨੇ ਆਉਣਾ ਵਾ ਤੇ ਪੁੱਛਣ ਦੀ ਲੋੜ ਨਹੀਂ, ਇਹ ਉਦਾਂ ਹੀ ਇਹਨੂੰ ਪਤਾ ਲੱਗ ਜਾਂਦਾ ਪ੍ਰਾਹੁਣਿਆਂ ਆਉਣਾ ਵਾ ਤਾਂ ਪਹਿਲਾਂ ਹੀ ਸਕੀਮਾਂ ਬਣਾ ਲੈਂਦੀ ਹੈ। ਸਕੀਮਾਂ ਬਣਾ ਲੈਂਦੀ, ਚਾਹੁੰਦੀ ਹੋਣੀ ਆ ਵੀ ਕੁਛ ਆਵੇ ਨਾ, ਆਵੇ ਨਾ ਹੋਰ ਪੈਸੇ ਮੈਂ ਉਹਨਾਂ ਦੇ ਉੱਧਰ ਖਰਚਾ ਦਿੰਨੀ ਆ ਜਾਂ ਪਾ ਦਿੰਨੀ ਆ। ਕਿੰਨੀ ਚਿਰ ਬਾਅਦ ਆਉਣਾ ਉਹਨੂੰ, ਉਹਨਾਂ ਨੇ ਇਹਨੂੰ ਉਹ ਹੀ ਨਹੀਂ ਚੰਗੇ ਲੱਗਦੇ। ਕੋਈ ਨਹੀਂ ਡੈਡੀ, ਕਿੰਨਾ ਕੁ ਚਿਰ ਵਾ, ਜਿੰਨਾ ਚਿਰ ਮੈਂ ਆ ਜਾਂ ਤੁਸੀਂ ਉਹਨਾਂ ਚਿਰ ਆਉਂਦੀ ਆ ਉਹ ਇੱਥੇ, ਬਾਅਦ ਚ ਕਿੰਨਾ ਕੁ ਹੋਣਾ ਉਹਨੇ ਇੱਥੇ। ਕੋਈ ਨੀ, ਜਦੋਂ ਆਪਣਾ ਘਰ ਵਾ ਆਉਣ ਜਾਣਾ ਸੀ ਤੇ ਇਹ ਜ਼ਿਆਦਾ ਜ਼ਿੰਮੇਵਾਰ ਵਾ ਘਰ ਦੇ, ਜਿੱਦਾਂ ਦੇ ਤੁਸੀਂ ਹੱਕਦਾਰ, ਇਹ ਹੱਕਦਾਰ ਹੋਣਾ ਉਹਨਾਂ ਦੇ, ਤੁਸੀਂ ਹੱਕ ਮੇਰੇ ਹੁੰਦਿਆਂ ਕਰ ਲੈਂਦੀ ਆ ਉਹਨਾਂ ਦਾ ਚਾਹ ਉਹਨਾਂ ਕਿ ਨੇ ਬਾਅਦ ਚ ਕਰਨਾ ਵਾਂਗੇ। ਨਹੀਂ ਨਹੀਂ ਕੋਈ ਗੱਲ ਨਹੀਂ, ਪਰ ਜਿੰਨਾ ਚਿਰ ਮੈਂ ਹੈਗੀ ਆ ਉਹਨਾਂ ਚਿਰ ਮੈਂ ਉਹਨਾਂ ਦੀ ਸੇਵਾ ਵਿੱਚ ਕਮੀ ਨਹੀਂ ਆਉਂਦੀ। ਨਹੀਂ ਨਹੀਂ, ਬਹੁਤ ਬੁਰੀ ਇੱਜ਼ਤ ਕਰਨੀ ਆ, ਭੈਣ ਆ ਤੇਰੀ ਵੱਡੀ। ਆਹੋ, ਉਹ ਕਿਹੜਾ ਵਿਚਾਰੀ ਰੋ ਰੋ ਤੁਰੀ ਆ। ਨੋ ਕਿਹੜਾ, ਹੁਣ ਕਿੰਨੀ ਚਿਰ ਹੀ ਆ, ਇਹ ਤੇ ਕਿੰਨੇ ਮਹੀਨੇ ਹੋ ਗਏ ਉਹਨਾਂ ਨੂੰ ਆਇਆ ਨੂੰ, ਤੇ ਹੁਣ ਵੀ ਇਹ ਕਲੇਸ਼ ਪਾਉਣਾ, ਤੇ ਉਹਦਾ ਕੀ ਫਾਇਦਾ ਫਿਰ ਮੁੜ ਕੇ ਆਉਣਗੇ ਅੱਗੇ ਵਿਚਾਰੀ ਇਸੇ ਗੱਲੋਂ, ਤੂੰ ਅੱਗੇ ਨਹੀਂ ਆਉਂਦੀ ਅੱਗੇ ਤਾਂ ਹੀ ਨਹੀਂ ਆਉਂਦੀ ਕਿ ਜਦੋਂ ਆਉਣਾ ਉਹਨੂੰ ਸੜਿਆ ਮੂੰਹ ਮਿਲਣਾ ਹੈ, ਸੜਿਆ ਮੂੰਹ ਮਿਲਣਾ ਵਾ, ਕਿੰਨਾ ਕੁ ਹੋਣਾ ਉਹਨੂੰ। ਕੋਈ ਨਹੀਂ ਡੈਡੀ ਜੀ, ਜਦੋਂ ਮੇਰਾ ਵਿਆਹ ਹੋ ਗਿਆ ਮੈਂ ਤੁਹਾਨੂੰ ਆਪਣੇ ਨਾਲ ਹੀ ਲੈ ਜਾਣਾ। ਅੱਛਾ, ਦੇਣੀ ਆ,
ਨਹੀਂ ਸ਼ੁਦੈਨ ਦੀ ਨੀ ਗੱਲ ਹੈਗੀ ਡੈਡੀ ਜੀ, ਫਿਰ ਨਹੀਂ ਵੇਖਿਆ ਜਾਂਦਾ ਜੇ ਤੁਹਾਨੂੰ ਏਦਾਂ ਬੋਲਦੀ, ਮੇਰੇ ਕੋਲ ਤੇ ਨਹੀਂ ਜੀ ਵੇਖਿਆ ਜਾਂਦਾ। ਨਹੀਂ ਨਹੀਂ ਪੁੱਤ, ਧੀਆਂ ਕੋਲ ਥੋੜੇ ਜਾਂਦੇ ਹੁੰਦੇ ਆ ਮਾਪੇ, ਧੀਆਂ ਆਪਣੇ ਘਰ ਚੰਗੀਆਂ ਲੱਗਦੀਆਂ ਵਾ। ਮੈਂ ਇੱਥੇ ਰਹੂੰ, ਮੇਰਾ ਸਭ ਕੋਲ ਘਰ ਬਾਰ ਬਣਿਆ ਵਾ, ਮੈਨੂੰ ਇਹਨਾਂ ਦਾ ਕੋਈ ਡਰ ਵਾ ਨਾ, ਜਾਂ ਇਹਨਾਂ ਦਾ ਕੋਈ ਖੌਫ ਆ ਮੈਨੂੰ ਕਿ ਮੈਂ ਇਹਨਾਂ ਕੋਲ ਡਰਦੇ ਚਲ ਜਾਣਾ ਕਿਤੇ। ਡੈਡੀ ਉਹ ਵੀ ਨਾ ਬੋਲਣ ਲੱਗੀ ਵੈਂਦੀ, ਆਣ ਗਵਾਂ ਬੋਲੀ ਜਾਂਦੇ ਉਹਨੂੰ, ਆਪਣੇ ਮੂੰਹ ਨਾਲ ਬੋਲਦੀ ਆ ਬੋਲੀ ਜਾਂਦੇ, ਉਹਦੀ ਤਾਂ ਹੁਣ ਆਦਤ ਬਣ ਗਈ ਆ, ਹੁਣ ਇੱਕ ਜੀ ਏਦਾਂ ਦਾ ਹੋ ਗਿਆ ਤਾਂ ਹੁਣ ਸਾਰੇ ਸਾਰਿਆਂ ਥੋੜਾ ਸਦਾਈ ਹੋ ਜਾਣਾ ਵਾ। ਵੇਖੋ ਵੀਰ ਵੀ ਨੀ ਕੋ ਕਹਿੰਦਾ, ਉਹ ਵੀਰ ਨੇ ਬਥੇਰਾ ਕਹਿ ਕੇ ਵੇਖ ਲਿਆ ਵਾ, ਨਾਲੇ ਸਾਡੀ ਕਿਹੜਾ ਸਾਨੂੰ ਨਾ ਉਹਨੂੰ ਸਾਨੂੰ ਕਦੀ ਫੋਨ ਲਾਇਆ ਇਹਦੇ ਨਾਲ ਕੁਛ, ਜਿੱਦਾਂ ਇਹਨੇ ਸਿਖਾਉਣਾ ਵਾ ਉਹਨੇ ਵੀ ਰਾਤ ਦੀ ਰਾਤ ਆਉਣਾ ਵਾ, ਜੋ ਇਹਨੇ ਸਿਖਾਤਾ ਤੇ ਕੰਨੀ ਪਾਤਾ ਉਹ ਉਹਨੇ ਗੱਲਾਂ ਕਰਨੀਆਂ, ਉਹਨੇ ਸੱਚ ਮੰਨਣਾ ਵਾ। ਉਹਦੇ ਕੰਨ ਭਰਦੀ ਰਹਿੰਦੀ ਮੁਣ 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 ਕਰੀ ਜਾਂਦੀ ਆ ਉਹਦੇ ਨਾਲ, ਏਦਾਂ ਕਰਦੀ ਆ। ਚਲ ਕੋਈ ਨੀ, ਹੁਣ ਆਏ ਨੀ ਹਜੇ, ਮੈਨੂੰ ਫੋਨ ਆਇਆ ਤੇ ਉਹ ਕਹਿੰਦੀ ਸੀ ਤੁਰ ਪਏ ਆ ਦੀਦੀ। ਟੈਲੀਫੋਨ ਆਇਆ ਸੀ? ਆਹੋ ਫੋਨ ਆਇਆ ਸੀ ਤੇ ਮੈਨੂੰ ਕਹਿੰਦੀ ਤੁਰ ਪਏ ਆ। ਅਜੇ ਤੱਕ ਆਏ ਨੀ, ਕੀ ਗੱਲ? ਫੋਨ ਦੇ ਹੋਣੇ ਸਰਾਹ ਚ, ਉਹ ਟ੍ਰੈਫਿਕ ਬੜੀ ਆ, ਟ੍ਰੈਫਿਕ ਦੇ ਵਿੱਚ ਕਿਤੇ ਜਾਮ ਜੁਮ ਚ ਲੱਗ ਗਿਆ ਹੋਣਾ ਕਿਤੇ, ਵੇਖ ਕਿਤੇ ਤਿਆਰ ਸ਼ਹਿਰ ਕੇ ਹੋ ਕੇ ਬੈਠੇ ਪਿਓ ਤੀ ਧੀ ਨੂੰ ਉਡੀਕਣ, ਜਦੋਂ ਮੇਰੇ ਆਉਣੇ ਹੁੰਦੇ ਤੇ ਅੜੀ ਘਰੋਂ ਬਾਹਰ ਹੀ ਚਲ ਜਾਂਦਾ, ਕੋਈ ਚੀਜ਼ ਨਾ ਲਿਆਉਣੀ ਪੈ ਜੇ। ਮੰਜਦ ਜਦੋਂ ਮੰਮੀ ਹੁੰਦੇ ਸੀ ਨਾ, ਮੈਂ ਚਾਈ ਚਾਈ ਦੌੜੀ ਦੌੜੀ ਆਉਣਾ, ਹੁਣ ਮੇਰਾ ਪਤਾ ਨੀ ਕਿਉਂ ਵੱਜਿਆ, ਰੂਹ ਨੀ ਕਰਦਾ ਇੱਧਰ ਨੂੰ ਕਿ ਮੈਂ ਆਵਾਂ, ਵੱਜੀ ਰੁੱਝੀ ਹੁੰਦੀ ਫਿਰ ਨਾ ਆਇਆ ਕਰ। ਲੈ ਹੁਣ ਡੈਡੀ ਕਰਕੇ ਆ ਜਾਂਦੀ ਆ, ਅੰਮ੍ਰਿਤ ਵਾ ਡੈਡੀ ਆ, ਪਖੰਡ ਵੀ ਬੜੇ ਕਰਦੀ, ਆਉਣਾ ਵੀ ਹੁੰਦਾ, ਪਖੰਡ ਵੀ ਬੜੇ ਕਰੀ ਜਾਣੀ। ਚਲ ਆ, ਇਹ ਦੁੱਖ ਜਿਹੜਾ ਨਾ ਤੁਹਾਨੂੰ ਨੀ ਸਮਝ ਲੱਗਣਾ, ਜਿਸ ਦਿਨ ਅੱਗੇ ਸੋਈ ਜਾਣੀ ਕੌਣ ਜਾਣੇ ਕੀ ਪਰਾਈ, ਤੂੰ ਗਿਆਨੀ ਨਾ ਬੋਲਾ ਬਣ। ਸੱਟ ਜੀ ਲੱਗ ਗਈ ਸੀ ਗਿੱਟੇ ਤੇ, ਮਚੋੜਿਆ ਜਾ ਗਿਆ ਸੀਗਾ। ਹਾਂਜੀ, ਉਹਦੇ ਕਰਕੇ ਨਹੀਂ, ਉਹ ਨੀ ਆਏ ਫਿਰ, ਨਾਲੇ ਵਧਾਈ ਹੋਵੇ ਗੱਡੀ ਦੀ। ਮਾਡਲ ਪੁਰਾਣਾ ਗਿਆ ਮੈਂ, ਗੱਡੀ ਚਲਾ ਕੇ ਵੇਖੋ ਕਿੰਨੀ ਸਾਫ ਆ, ਬਾਰਿਸ਼ ਆ ਗਈ, ਅੰਦਰ ਹੀ ਹੋ ਜਾਓ, ਆਜੋ ਹਾਂ ਅੰਦਰ ਆਜੋ, ਆ ਮੌਸਮ ਦਾ ਵੀ ਪਤਾ ਨਹੀਂ ਹੋ ਲੱਗਦਾ, ਗੱਡੀ ਮੈਂ ਕਹਿੰਦਾ ਵਧੀਆ ਪਰ ਮਾਡਲ ਸਾਹ ਆਉਂਦਿਆਂ ਹੀ ਘਟਦਾ ਹੀ, ਬਾਹਰ ਰੇਟ ਘਟ ਜਾਂਦਾ ਹੁਣ। ਚੌਲ ਬਣਾ ਲੈਣੀ ਪਹਿਲਾਂ, ਮੈਂ ਨਾ ਦੇ ਫਿਰ ਕੋਈ ਚੀਜ਼। ਭਾਂਡੇ ਮਾਂਜਣ ਡੇ ਤੁਸੀਂ? ਮਾਂਜਣ ਡੀ, ਕੀ ਹੋਇਆ ਵਾ? ਕੁਛ ਨੀ, ਤੁਸੀਂ ਮੈਨੂੰ ਆਵਾਜ਼ ਮਾਰ ਦਿੰਦੇ ਆ ਚਾਹ ਬਣਾਉਣ ਲੱਗੇ ਜੇ, ਲਿਓ ਮੈਂ ਬਣਾ ਦਿੰਦੀ ਹਾਂ। ਨਹੀਂ ਤੇ ਦੀਦੀ ਤੁਹਾਨੂੰ ਆਵਾਜ਼ ਕਿੱਦਾਂ ਮਾਰਨੀ, ਮੈਂ ਕਿਹੜਾ ਪੌੜੀਆਂ ਤੇ ਚੜ੍ਹਨਾ ਸੀ, ਤੁਹਾਨੂੰ ਖੁਦ ਚਾਹੀਦਾ ਸੀ ਨਾ, ਤੇ ਫੋਨ ਨੀ ਹੈਗਾ, ਫੋਨ ਕਰ ਦਿੰਦੇ। ਮੈਂ ਤੇ ਆਪ ਮੁੰਡਾ ਉਧਰੋਂ ਆਇਆ ਸ਼ੈਲੀ ਘਰੋਂ ਖੇਡ ਗਿਆ, ਤੇ ਉਹਨੂੰ ਸੁਣਾਉਂਦੀ ਸੁਣਾਉਂਦੀ ਆਪ ਸੌਂ ਗਈ ਹਾਂ,
ਭੁੱਖ ਵੀ ਬੜੀ ਲੱਗੀ, ਮੈਂ ਥੱਲੇ ਆਉਣ ਵੀ ਲੱਗੀ ਹਾਂ, ਪਰ ਮੈਂ ਮੁੰਡਾ ਸਵਾਉਣ ਲੱਗ ਪਈ। ਚੱਲ ਚੰਗਾ ਕੀਤਾ, ਨਾਲ ਤੁਹਾਡੀ ਵੀ ਨੀਂਦ ਪੂਰੀ ਹੋ ਗਈ। ਵੱਡੀ ਕਿੱਥੇ ਗਈ ਆ? ਤੁਹਾਨੂੰ ਨੀ ਪਤਾ ਵੱਡੀ ਕਿੱਥੇ ਗਈ? ਉਹ ਤਾਂ ਆਪਣੇ ਪੇਕੇ ਗਈ ਹੈ। ਚੱਲ ਗਈ ਆ? ਹੋਰ ਤੇ ਮੰਮੀ? ਮੰਮੀ ਆਵਾਜ਼ ਦਿੰਦੇ, ਚੱਲ ਮੈਨੂੰ ਤੁਸੀਂ ਨੀ ਦੇਣੀ, ਤੇ ਮੰਮੀ ਉੱਤੋਂ ਬੁਲਾ ਲਿਆਉਂਦੀ ਮੈਨੂੰ। ਤੇ ਮੰਮੀ ਇੱਥੇ ਹੁੰਦੀ ਤੇ ਤੁਹਾਨੂੰ ਆਵਾਜ਼ ਦਿੰਦੀ, ਮੰਮੀ ਤੇ ਆਪ ਸ਼ੋਪਿੰਗ ਕਰਨ ਗਏ। ਲੈ ਹੁਣ ਮੰਮੀ ਵੀ ਸ਼ੋਪਿੰਗ ਤੁਰ ਪਈ ਸੀ। ਤੇ ਹੋਰ ਕੀ ਹੈ? ਤੇ ਮੇਰੀ ਗੱਲ ਸੁਣੋ, ਆ ਸੋਨੂ ਭਾਜੀ ਮੈਨੂੰ ਆਵਾਜ਼ ਮਾਰ ਲਿਆਉਂਦਾ, ਮੈਂ ਕਿਤੇ ਬਹੁਤ ਦੂਰ ਰਹਿੰਦੀ ਸੀ। ਸੋਨੂ ਭਾਜੀ ਬੜੇ ਸਿੱਧੇ ਪੱਧਰੇ, ਜਿਹੜੇ ਝਾਟੀ ਆਵਾਜ਼ ਮਾਰ ਲਿਆਉਣਗੇ ਤੁਹਾਨੂੰ। ਆ ਹੈ ਤੇ ਸੁਮਨ ਤੂੰ ਮੇਰੇ ਤੇ ਕਰਦਾ ਗੁੱਸਾ ਕੱਢਣ ਡਈ ਆ, ਜੇ ਮੈਨੂੰ ਪਤਾ ਹੁੰਦਾ ਤੇ ਮੈਂ ਸੱਤ ਸੱਤ ਵਾਰੀ ਥੱਲੇ ਆਉਂਦੀ। ਦੱਸ ਤੇਰੇ ਲਾਗੇ ਹੁਣ ਨੀ ਲੱਗਣਾ ਤੇ ਕਦੋਂ ਲੱਗਣਾ ਵਾ? ਮੈਂ ਜੇ ਪਰੇ ਹੋ ਮੈਂ ਬਣਾਉਂਦੀ ਆ। ਨਹੀਂ ਬਣਾ ਲੈਣੀ ਕੋਈ ਨੀ, ਜਾਓ ਰੈਸਟ ਕਰੋ, ਹੁਣ ਔਖੇ ਵੇਲੇ ਤੁਹਾਡੇ ਸਾਰੇ ਹੱਥ ਛੜਾ ਛੜਾ ਜਾਣ ਡੇ ਤੁਹਾਡੇ ਕੋਲੋਂ, ਤੇ ਮੈਂ ਹੀ ਆ ਜਿਹੜੀ ਲਾਗੇ ਲੱਗਣ ਡਈ ਆ। ਦੀਦੀ ਔਖਾ ਟਾਈਮ ਕਾਹਦਾ? ਔਖਾ ਵੇਲਾ ਹੁੰਦਾ ਲਾਸਟ ਟਾਈਮ। ਲਾਸਟ ਟਾਈਮ ਕਾਹਦਾ ਔਖਾ? ਡਾਕਟਰ ਨੇ ਰੈਸਟ ਨੂੰ ਦੱਸੀ ਹੋਈ, ਮੈਂ ਤੇ ਆਖਰਾਂ ਦਾ ਕੰਮ ਕਰ ਲੈਂਦੀ ਹਾਂ। ਤਾਂ ਹੀ ਤੇ ਮੈਂ ਕਿਹਾ ਵੀ ਹੁਣ ਲਾਗੇ ਲੱਗਣਾ ਹੀ ਚਾਹੀਦਾ ਵਾ, ਤੂੰ ਤਾਂ ਮੈਨੂੰ ਆਵਾਜ਼ ਮਾਰਦੀ, ਮੈਂ ਭੱਜੀ ਨੀ ਆਉਣਾ ਸੀ ਥੱਲੇ। ਕੋਈ ਗੱਲ ਨੀ, ਮੈਨੂੰ ਵੀ ਸਾਰਾ ਪਤਾ ਲੱਗਣ ਡਿਆ ਵਾ ਕੌਣ ਮੇਰੇ ਨਾਲ ਹੈ ਤੇ ਕੌਣ ਨਹੀਂ। ਆ ਤੇ ਗੱਲਾਂ ਹੀ ਆ ਫਿਰ, ਮੈਂ ਤੇ ਝੱਟ ਭੱਜ ਆਉਂਦੀ, ਹੁਣ ਮੈਂ ਉੱਤੇ ਰਹਿੰਦੀ ਤੁਸੀਂ ਥੱਲੇ ਜੇ। ਆਹੋ ਕੌਣ ਔਖੇ ਬੇਟੇ ਲਾਗੇ ਲੱਗਦਾ, ਇਹ ਸਾਰਾ ਹੀ ਪਤਾ ਹੁੰਦਾ। ਮੈਂ ਤੇ ਆਖਣ ਡੀ ਲਿਆਓ ਮੈਂ ਚਾਹ ਬਣਾਵਾਂ, ਤੁਸੀਂ ਆਪ ਨੀ ਮੰਨਦੇ, ਹੋਰ ਕੁਛ ਨੀ ਹੈਗਾ ਸੁਣ ਖਾਣ ਨੂੰ, ਮੈਨੂੰ ਤਾਂ ਖੋਹ ਹੀ ਬੜੀ ਪਈ ਆ। ਹੋਰ ਡੱਬਾ ਪਿਆ ਦੇ ਖਾ ਲਓ। ਮੇਰੀ ਨਾ ਇੱਕ ਇਹ ਬੜਾ ਪੰਗਾ, ਸੁੱਤਿਆਂ ਸ਼ੂਗਰ ਘੱਟ ਜਾਂਦੀ ਆ, ਜਾਂ ਬਰਫੀ ਬੁਰਫੀ ਮਨ ਵੀ ਲਈ ਦੀ ਹੁੰਦੀ ਆ ਕਿਤੇ, ਅੜੀ ਤੇ ਆ ਜਾਂਦੀ ਆ। ਮੈਂ ਵੀ ਗੱਲ ਕਰਨ ਨੂੰ ਇਹ ਵੀ ਨਹੀਂ ਰਹਿੰਦੀ, ਮੈਂ ਠੇਕਾ ਲਿਆ ਵਾ, ਮੈਂ ਨੀ ਸੌਣਾ ਉੱਤੇ ਮੁੰਡੇ ਨੂੰ ਆਪਣੇ ਨੂੰ ਨਾਲੇ ਮੈਂ ਸਵਾਲਣਾ ਸੀ। ਮੈਂ ਤੇ ਆਪ ਭੁੱਖੀ ਪਾਣੀ ਕੰਮ ਤੋਂ ਬੱਚੀ ਉੱਤੇ ਲੰਮੇ ਪਈ ਕਿਤੇ ਚੱਟ ਸੁਣਾ ਕੇ ਲੈ ਪਈ। ਆ ਗਈ ਹੁਣ ਸੱਚੀ, ਹੁਣ ਕੰਮ ਨੀ ਕਰ, ਤੁਸੀਂ ਵੀ ਕੋਈ ਗੱਲ ਸੁਣ ਲਿਆ ਕਰੋ ਮੇਰੀ ਉੱਠ ਕੇ। ਕੀ ਤੇਰੀ ਗੱਲ ਸੁਣਾ, ਤੂੰ ਬੜੀ ਕਥਾ ਸੁਣਾਉਣ ਡਈ ਮੈਨੂੰ, ਬੜਬੜ ਲਾਈ। ਬੋੜਬੜ ਨਾ ਕਰਾਂ ਤੇ ਕੀ ਕਰਾਂ, ਜੇ ਵੱਡੀ ਆ ਤੇ ਉਹ ਉਦਾਂ ਚੱਲ ਗਈ ਆ ਲੀੜੇ ਪਾ ਕੇ, ਮੰਮੀ ਸ਼ੋਪਿੰਗ ਤੇ ਚੱਲ ਗਈ ਆ, ਦੂਜੀ ਉਦਾਂ ਟੰਮਣੇ ਤੇ ਟੰਗੀ ਆ। ਫਿਰ ਮੈਂ ਕੀ ਕਰਾਂ? ਤੇ ਫਿਰ ਤੁਸੀਂ ਕੀ ਕਰਨਾ ਵਾ? ਉਹਨੂੰ ਟਾਂਗੀ ਲੈ ਕੇ ਲਾਵਾਂ ਉੱਤੇ ਟੰਗੀ ਆ ਤੇ। ਤੇ ਤੁਹਾਨੂੰ ਮਸਾ ਨਹੀਂ ਹੈਗਾ ਵੀ ਕੋਈ ਕੰਮ ਲਾਗੋ ਕਰਨਾ ਜਾਂ ਕਿੱਦਾਂ ਦਾ ਕਿੱਦਾਂ ਨਹੀਂ? ਉਹਨਾਂ ਨੂੰ ਫਿਕਰ ਹੈ ਨਹੀਂ ਮੇਰਾ। ਉਹ ਕੀ ਕੰਮ ਕਰਾਉਣਾ ਤੂੰ ਮੈਨੂੰ ਦੱਸ ਦੇ ਭਰਾ, ਮੈਂ ਕਰ ਦਿੰਦਾ। ਕੋਈ ਨਹੀਂ ਕਰਨਾ, ਸਾਰੇ ਦਿਖਾਵਾ ਹੀ ਕਰਦੇ ਆ, ਕਰਦਾ ਤਾਂ ਕੋਈ ਕੁਛ ਨਹੀਂ। ਮੈਨੂੰ ਕਿਹੜਾ ਪਤਾ ਨਹੀਂ ਲੱਗਣ ਡਿਆ ਕਿਹੜਾ ਮੇਰੇ ਨਾਲ ਹੈ ਕਿਹੜਾ ਨਹੀਂ ਹੈ। ਕਦੇ ਕਹਿੰਦੀ ਕੁਛ ਨਹੀਂ ਕਰਨਾ, ਕਦੇ ਕਦੇ ਸੁਣਦੇ ਨਹੀਂ, ਜਾਂ ਤੇ ਦੱਸ ਵੀ ਕੁਛ। ਵੇਖ ਲਾ ਸੋਨੂੰ ਵੀਰ, ਮੰਮੀ ਦਾ ਵੀ ਹਾਲ, ਮੰਮੀ ਨੂੰ ਤੇ ਪੈ ਗਈ ਆ ਸ਼ੋਪਿੰਗ ਦੀ, ਤੇ ਪਹਿਲਾਂ ਖਿਸਕੇ ਗਈ ਆ ਸ਼ੋਪਿੰਗ ਨੂੰ ਵੀ ਬੰਦਾ ਘਰ ਰਹਿੰਦਾ ਵਾ, ਹੁਣ ਮੈਂ ਤੇ ਉੱਤੇ ਟੰਮਣੇ ਤੇ ਟੰਗੀ ਆ, ਮੈਨੂੰ ਕਿਸੇ ਵੇਲੇ ਥੱਲੇ ਨਹੀਂ ਪਤਾ ਲੱਗਦਾ ਵੀ ਆਹ ਕੰਮ ਪਿਆ ਵਾ ਜਾਂ ਨਹੀਂ ਕਰਨ ਦਾ, ਤੂੰ ਮੈਨੂੰ ਆਵਾਜ਼ ਮਾਰ ਲਿਆ ਕਰ। ਟੰਮਣਾ ਗਾ ਹਮਾਲੀਆ ਪਰਬਤ ਵਾ, ਪਤਾ ਨਹੀਂ ਲੱਗਦਾ ਥੱਲੇ ਕੀ ਹੋ ਗਿਆ। ਮੁੰਡੇ ਨੂੰ ਸਵਾਲ ਦੀ ਸਵਾਲ ਦੀ ਮੈਂ ਵੀ ਸੌਂ ਗਈ ਹਾਂ। ਉਦਾਂ ਸੁਸਤੀ ਦਾ ਘਰ ਵਾ, ਥੱਲੇ ਆਉਣਾ ਹੀ ਨਹੀਂ, ਜਦੋਂ ਵੇਖਣਾ ਹੀ ਕੱਖ ਨਹੀਂ। ਮੈਂ ਥੱਲੇ ਆਣ ਕੇ ਕੀ ਵੇਖਣਾ ਹੀ ਦੱਸ, ਤੁਸੀਂ ਆਵਾਜ਼ ਮਾਰੋਗੇ ਤੇ ਆਪੇ ਮੈਂ ਥੱਲੇ ਆ ਜਾ।
ਸਾਰੀ ਸਮ ਉੱਤੇ ਆਵਾਜ਼ ਜਾਂਦੀ ਆ। ਐਡੀ ਗੱਲ ਤੇ ਬੰਦਾ ਮਰੇ ਦੇ ਇੱਕ ਬਰਾਬਰ ਹੁੰਦਾ ਵਾ, ਮੈਂ ਤਾਂ ਸੁੱਤੀ ਹੀ। ਚੱਲ ਸੁੱਤੇ ਰਿਹਾ ਕਰੋ ਫਿਰ। ਨਹੀਂ ਇਹ ਤਾਂ ਬੰਦਾ ਜਵਾਬ ਹੀ ਦੇ ਦੇ ਵੀ ਸਾਡੇ ਕੋਲ ਨਹੀਂ ਹੁੰਦਾ। ਮੈਂ ਤਾਂ ਕਰਦੀ ਆ ਕੰਮ, ਉਹਨਾਂ ਦਾ ਕਸੂਰ ਵੇਖ ਤੂੰ। ਅਗਰ ਦੀ ਅੱਗੇ ਉਹਨੇ ਪਿੱਛੇ ਹੁਣ ਪੈ ਕੇ ਚਲ ਗਈ, ਮਾਂ ਸ਼ਾਪਿੰਗ ਤੇ ਚਲ ਗਈ ਆ, ਇਹਦੀ ਸ਼ਾਪਿੰਗ ਨੂੰ ਆਖਰ ਆਈ ਯਾਤਰਾ ਨੂੰ ਠਹਿਰ ਕੇ ਚਲ ਜਾਂਦੀ ਆ। ਕੋਈ ਗੱਲ ਨੀ, ਟਾਈਮ ਸਾਰਿਆਂ ਤੇ ਆਉਣੇ ਆ, ਏਦਾਂ ਹੀ ਹੋਊਗੀ ਫਿਰ। ਹੁਣ ਮੇਰਾ ਚੱਪਾ ਜਿੰਨਾ ਮੁੰਡਾ ਹੀ ਆ, ਮੈਂ ਤੇ ਫਿਰ ਵੀ ਤੁਹਾਡੇ ਲਾਗੇ ਲੱਗਣ ਡਈ ਆ ਭਰਾਵਾ, ਜਿੰਨੇ ਜੋਗੀ ਹੈਗੀ ਤੁਹਾਡੇ ਸਾਹਮਣੇ, ਕਿੰਨਾ ਅਥਰਾ ਜਾ, ਕਿੰਨਾ ਸਤਾਉਂਦਾ ਉਹ। ਹੁਣ ਫਿਰ ਮੁੰਡਾ ਵੀ ਰਵਾਵਾਂ ਤੇ ਕਿੱਡੀ ਮਾੜੀ ਗੱਲ ਵਾ। ਸਵੇਰ ਦੀ ਇੱਥੇ ਚਰੀ ਕੰਮ ਕਰਨ ਡਈ ਕਿ ਵੇ ਭਰਾਵਾ, ਹੁਣ ਉੱਤੇ ਵਾਲੇ ਬੰਦੇ ਜਿਹੜਾ ਥੱਲੇ ਵਾਲੇ ਚ ਕਿੰਨਾ ਫਰਕ ਵਾ, ਕਿ ਜਾਂ ਥੱਲੇ ਹੇਠਾਂ ਝੱਟ ਕੇ ਇਹਨੇ ਚੀਜ਼ ਫੜਾ ਦੇਣੀ, ਕਿ ਜਾਂ ਉੱਤੋਂ ਮੈਂ ਪੌੜੀਆਂ ਉੱਤਰ ਕੇ ਆਉਣਾ। ਤੇ ਕੱਲ ਕਿਹਨੇ ਕਿਹਾ ਸੀ ਉੱਤੇ ਚੜ੍ਹਨ ਨੂੰ? ਚੰਗਾ ਭਲਾ ਮੇਰਾ ਕਮਰਾ ਸੀ, ਉਹ ਮੰਨ ਲਿਆ। ਅੱਗੇ ਨੀ ਮੈਂ ਕੱਲਾ ਸੌਂਦਾ। ਪਖੰਡ ਨਾ ਕਰਿਆ ਕਰ ਬਹੁਤਾ, ਨਾਲੇ ਤੁਹਾਡੇ ਵੱਲ ਦੀ ਗੱਲ ਕਰਦੀ ਮੈਂ ਹਮੇਸ਼ਾ, ਤੁਹਾਡੀ ਹਾਂ ਚ ਹਾਂ ਭਰਦੀ ਆ, ਪਰ ਤੁਹਾਨੂੰ ਤਾਂ ਵੀ ਨੀ ਤੁਹਾਨੂੰ ਪਤਾ। ਹਾਏ ਹਾਏ ਸੱਚ, ਮੈਂ ਤਾਂ ਦੁੱਧ ਲੈਣ ਆਈ ਹਾਂ ਥੱਲੇ ਮੁੰਡੇ ਵਾਸਤੇ, ਜਿਹੜੇ ਕੰਮ ਆਈ ਸੀ ਉਹ ਆਖਰ ਦੱਸ ਹੀ ਦਿੱਤਾ ਨਾ। ਬੰਨ ਕੇ ਨਾਲ ਲੈ ਜਾ ਕਰ, ਹਾਂ ਉਤਰਨਾ ਕਿਉਂ ਆ? ਤੇ ਪੀ ਲੋ ਆਪਣੀ, ਮੈਂ ਆਣ ਕੇ ਪੀਨੀ ਆ, ਮੈਂ ਮੁੰਡੇ ਨੂੰ ਦੁੱਧ ਦੇਵਾਂ। ਦੇ ਆ ਦੇ ਆ ਲੈ, ਤੁਹਾਡੇ ਤੇ ਦੋਵਾਂ ਜੀਆਂ ਦਾ ਨਾ ਪਤਾ ਨੀ ਕਿਹੜੀ ਗੱਲਾਂ ਮੂੰਹ ਬਣਿਆ ਵਾ। ਤੂੰ ਉਦੋਂ ਹੀ ਮੈਨੂੰ ਕਹਿ ਦਿੰਦੀ ਭੈਣਾ ਵੀ ਆਪੇ ਚਾਹ ਬਣਾ ਲਾ ਤੇ ਮੈਂ ਉਹਨੂੰ ਲੈ ਵੀ ਆਉਂਦੀ। ਮੇਰੇ ਤੇ ਮੁੰਡੇ ਦਾ ਚੇਤਾ ਹੀ ਭੁੱਲ ਗਿਆ, ਤੇਰੇ ਮੂੰਹ ਵੱਲ ਵੇਖ ਕੇ ਗੁੱਸੇ ਆਲਾ। ਤੂੰ ਚਾਹ ਪੀ ਤੇ ਮੈਂ ਮੁੰਡੇ ਨੂੰ ਦੁੱਧ ਫੜਾ ਲਿਆ। ਮੈਂ ਫੜਾ ਆ ਆ ਜਾਂਦੀਆਂ ਸਿਰ ਖਾਣ। ਮਨਵਰੀ ਮੰਮੀ ਆਪਣੇ ਨਾਨੇ ਆਉਂਦੇ? ਮੰਮੀ ਦਾ ਨਾ ਟਾਈਮ ਜਿਹਾ ਨਹੀਂ, ਉਹਨਾਂ ਨੇ ਹਜੂਰ ਸਾਹਿਬ ਦੇ ਜਾਣਾ ਸੀਗਾ ਤੇ ਉਹ ਕਹਿੰਦੇ ਸੀ ਕਿ ਵੀ ਚੱਲ ਤੁਸੀਂ ਜਾਓ। ਮੈਂ ਫਿਰ ਮੇਰਾ ਟਾਈਮ ਨਹੀਂ ਨਾ ਨਿਕਲਣਾ ਸੀਗਾ ਉੱਥੋਂ ਆਉਣ ਦਾ, ਮੰਮੀ ਨੇ ਇਹਨੇ ਵੀ ਉੱਧਰ ਚਲ ਜਾਣਾ ਤੇ ਸੁਮਨ ਲਾਗੇ ਵੀ ਕਿਸੇ ਨੂੰ ਰਹਿਣਾ ਪੈਣਾ ਸੀਗਾ ਤੇ ਤਾਂ ਕਰਕੇ। ਨਾਲੇ ਮੰਮੀ ਕਹਿ ਦਿੰਦੇ ਹੁੰਦੇ ਆ ਵੀ ਤੇਰੀ ਭਾਬੀ ਤੇ ਹੁੰਦੀ ਨੀ ਆ ਤੇ ਅਸੀਂ ਸਵੇਰੇ। ਤੈਨੂੰ ਤਾਂ ਮੈਂ ਪਹਿਲਾਂ ਦੱਸਿਆ ਭਾਜੀ ਤੇਰੇ ਦਾ ਟਾਈਮ ਨਹੀਂ ਲੱਗਦਾ ਤੇ ਮੈਂ ਇਕੱਲੀ ਨੇ ਕਿੱਦਾਂ ਆਉਣਾ ਸੀ। ਮੈਂ ਕਹਿਣੀ ਵੀ ਦੋਵੇਂ ਜਾਣੇ ਜਾਵਾਂਗੇ ਨਾਲ, ਡੱਬਾ ਦੇਵਾਂਗੇ ਤੈਨੂੰ। ਆਹੋ ਮੈਂ ਕਿਹਾ ਚੱਲ ਡੱਬੇ ਦੀ ਤੇ ਕੋਈ ਏਡੀ ਗੱਲ ਨੀ ਹੁੰਦੀ ਭਾਬੀ ਜੀ, ਬੰਦਾ ਆ ਜਾਵੇ ਨਾ ਇੰਨਾ ਹੀ ਬੜਾ ਹੁੰਦਾ। ਨਹੀਂ ਮੈਂ ਚੱਲ ਤੂੰ ਵਧੀਆ ਕੀਤਾ ਆ ਗਈ, ਉਦਾਂ ਮੈਂ ਤਾਂ ਭਾਜੀ ਤੇਰੇ ਨੇ ਆਉਣਾ ਸੀ ਕਿਸੇ ਦਿਨ। ਆਹੋ ਆਉਣਾ ਸੀ ਨਾ, ਟਾਈਮ ਲਗਾਉਣਾ ਰੋਟੀ ਛੇਟੇ ਕਰੀ ਚਾਹੀਦੀ ਪੈਣੀ ਤੇ, ਪਰ ਉਹਦੇ ਰੰਗ ਆ ਮਹਾਰਾਜ ਦੇ, ਕੌਣ ਰੋਕ ਸਕਦਾ ਉਹਨੂੰ। ਹਾਂਜੀ ਹਾਂ, ਭਾਬੀ ਵੇਲੇ ਬਾਰੇ ਨਹੀਂ ਆਉਂਦੀ ਗੱਲਾਂ। ਹਾਂ ਜਦੋਂ ਤੁਸੀਂ ਨਾ ਮੂੰਹ ਤੇ ਨਾ ਕਰੀ ਜਾਇਆ ਕਰੋ। ਮੈਂ ਤਾਂ ਗੱਲ ਮੂੰਹ ਤੇ ਕਰਨੀ ਆ ਡੈਡੀ ਜੀ, ਇਹਨਾਂ ਨੇ ਗੱਡੀ ਪਤੇ ਵੀ ਮੂੰਹ ਤੇ ਹੀ ਕਹਿਤਾ, ਤੁਹਾਨੂੰ ਪਤਾ ਉਹਨੂੰ ਤਾਂ ਡਰ ਪਿਆ ਕੋਈ, ਤੂੰ ਐਵੇਂ ਕਹੀ ਜਿੰਨੀ ਫਰਾਉਣੀ, ਉਹਨੂੰ ਕੀ ਕਰ ਲੂਗੀ ਉਹ। ਫਿਰ ਵੀ ਡੈਡੀ ਜੀ ਫਿਰ ਉਹ ਗੁੱਸਾ ਕਰ ਲਈ। ਗੱਲ ਗੱਲ ਤੇ ਉਹ ਹੀ ਆ ਜਿਹੜੀ ਮੂੰਹ ਤੇ ਕੀਤੀ ਹੈ। ਆਹ ਇੱਕ ਜਿਹੜੇ ਠੰਡਾ ਨੂੰ ਗੱਲਾਂ ਕੱਟ ਲਈ ਆ ਮੈਂ।
ਡੈਡੀ ਦੇ ਮੂੰਹ ਮਾਈਦਾ ਇੱਥੇ ਫਿਰਦਾ ਮੰਜਾ ਡਾ ਕੇ ਬੈਠੇ ਆ ਇੱਥੇ, ਜਿੱਦਾਂ ਉਹਨਾਂ ਨੇ ਸਾਡੇ ਨਾਲ ਟਾਈਮ ਕੱਢਿਆ ਨਾ, ਉਹ ਸਾਰਾ ਕੁਛ ਅੱਖਾਂ ਦੇ ਅੱਗੇ ਰੀਲ ਬਣ ਕੇ ਘੁੰਮ ਜਾਂਦਾ ਵਾ। ਪਰ ਜਿੱਥੇ ਉਹ ਚਲ ਗਈ ਹੈ ਨਾ, ਉੱਥੋਂ ਵਾਪਸ ਉਹਨੇ ਕਦੀ ਨਹੀਂ ਮੁੜਨਾ। ਕਦੀ ਨਹੀਂ ਉਹਨੇ ਪੁੱਛਣਾ ਵੀ ਮੇਰੀਆਂ ਧੀਆਂ ਸੁਖੀ ਆ, ਕਿੱਦਾਂ ਵਾ, ਕਿੱਦਾਂ ਨਹੀਂ ਆ। ਮੇਰਾ ਵੀ ਕਈ ਵਾਰ ਅੰਦਰ ਜਾਂਦੀ ਹਾਂ, ਜਦੋਂ ਅੰਦਰ ਜਾਈਏ ਬਾਹਰ ਆਈਏ ਮੰਮੀ ਦਾ ਭੁਲੇਖਿਆ ਪੈਂਦਾ, ਜਦੋਂ ਇੱਥੇ ਬੈਠੀ ਹੁੰਦੀ ਆ ਗੱਲਾਂ ਕਰੀਦੀਆਂ ਹੀ ਉਹਦੇ ਨਾਲ, ਹੈ ਨਾ, ਇੱਥੇ ਬੈਠੀ ਹੁੰਦੀ ਆ ਆਉਂਦਿਆਂ ਨੂੰ ਗੱਲਾਂ ਕਰੀਦੀਆਂ। ਕਦੀ ਉਹਨੂੰ ਚੌਂਕੇ 'ਚ ਹੋਣਾ, ਇਕੱਠੀਆਂ ਬਹਿ ਕੇ ਉਹਨੇ ਲਾਗੇ ਰੋਟੀਆਂ ਬਣਾ ਲੈਣੀ, ਲਾਗੇ ਬਹਿ ਕੇ ਖਾ ਲੈਣੀ। ਸਹੀ ਗੱਲ ਆਉਂਦਾ ਕਈ ਵਾਰ, ਵੇਖ ਲਾ ਅੰਮ੍ਰਿਤ ਹੁਣ ਝਿੜਕਾਂ 'ਤੇ ਵੱਜਦੀਆਂ ਵਾ, ਪਰ ਉਹ ਪਿਆਰ ਅਤੇ ਮੋਹ ਨਹੀਂ ਹੈਗਾ ਉਹ ਝਿੜਕਾਂ ਦੇ ਵਿੱਚ। ਕਈ ਵਾਰੀ ਚੇਤਾ ਆਉਂਦਾ ਨਾ ਜਦੋਂ ਬੜਾ ਹੀ ਮਨ ਖਰਾਬ ਹੁੰਦਾ। ਚੱਲ ਦੀਦੀ ਨਾ ਆਰੋ, ਤੂੰ ਤੇ ਫੇਰ ਵੀ ਆਪਣੇ ਸਹੁਰੇ ਘਰ ਸੁਖੀ ਆ, ਮੈਂ ਜਿਹਨੇ ਰੋਜ਼ ਇੱਥੇ ਰਹਿਣਾ ਹੁੰਦਾ ਵਾ। ਅੰਮ੍ਰਿਤ ਇਹ ਤੇ ਭੁਲੇਖੇ ਹੀ ਆ, ਕੌਣ ਸੁਖੀ ਆ ਤੇ ਕੌਣ ਨਹੀਂ। ਮੈਂ ਤੇ ਆਪਣੇ ਮਨ ਨੂੰ ਨਾ ਪੱਥਰ ਬਣਾ ਲਿਆ ਵਾ ਹੁਣ। ਜੇ ਮੈਂ ਰੋਨੀ ਆ ਨਾ, ਮੇਰਾ ਤੇ ਕੋਈ ਰੋਣਾ ਵੀ ਨਹੀਂ ਪਸੰਦ ਕਰਦਾ। ਵੀ ਇਹ ਤੇ 24 ਘੰਟੇ ਰੋਂਦੀ ਰਹਿੰਦੀ। ਤੂੰ ਉਹ ਕੋਟੇਸ਼ਨ ਤੇ ਸੁਣੀ ਸੀਗੀ ਨਾ, ਕਹਿੰਦੇ ਸੀ ਇਹ ਦੁਨੀਆ ਮੰਡੀ ਪੈਸੇ ਦੀ, ਹਰ ਚੀਜ਼ ਵਕੇਂਦੀ ਭਾ ਸਜਣਾ, ਇੱਥੇ ਰੋਂਦੇ ਚਿਹਰੇ ਨਹੀਂ ਵਿਕਦੇ, ਹੱਸਣ ਦੀ ਆਦਤ ਪਾ ਸਜਣਾ। ਮੈਂ ਹੁਣ ਓਦਾਂ ਹੀ, ਮੈਂ ਕਦੀ ਨਹੀਂ ਰੋਈ, ਆਪਣਾ ਅੰਦਰ ਜਾ ਕੇ ਤੇ ਕਦੀ ਰੋ ਲਈਦਾ ਵਾ। ਚੌਂਕੇ 'ਚ ਕੋਈ ਕੰਮ ਕਰਾਓ ਵੀ ਇਹਨੂੰ ਇੰਨੀ ਤਾਂ ਹੋਈ ਨਾ, ਪ੍ਰਾਹੁਣਿਆਂ ਦੇ ਨਾਲ ਹੀ ਪ੍ਰਾਹੁਣੀ ਬਣ ਗਈ। ਚਲਦੇ ਚੁੱਪ ਕਰਕੇ ਨਾ ਇੱਥੇ ਹਾਂ ਕਰ ਲਈ, ਬਲਸ਼ਣ ਪੁਣਾ ਕਾਂਡੀਆਂ ਜਦੋਂ ਭੈਣਾਂ ਖਲੋ ਕੇ ਇਹਨੂੰ, ਮੈਂ ਕਿਹਾ ਚੌਂਕੇ 'ਚ ਬਹਿ, ਫਿਰ ਕਹਿਣਾ ਭਰਜਾਈ ਨੇ ਚੰਗੀ ਨਹੀਂ ਚੀਜ਼ ਬਣਾਈ ਚੌਂਕੇ 'ਚ। ਤੇ ਮਨ ਵੀ ਤੈਨੂੰ ਗੱਡੀ ਦਾ ਚਾਅ ਨਹੀਂ ਚੜਿਆ, ਤੂੰ ਇੱਧਰ ਰੋਣ ਦੀ ਆ। ਨਹੀਂ ਭਾਬੀ, ਚਾਅ ਤੇ ਬਥੇਰਾ ਚੜਿਆ ਵਾ, ਬਸ ਓਦਾਂ ਹੀ ਮੰਮੀ ਦੀ ਯਾਦ ਆ ਗਈ ਸੀ। ਰੋਣਾ ਤੇ ਕਦਾ ਇੱਥੇ ਆ ਕੇ ਯਾਦ ਜੀ ਆ ਜਾਂਦੀ। ਮਾਂ ਪਿਓ ਨੇ ਤਾਂ ਨਹੀਂ ਭਰਜਾਈ, ਜਿੰਨਾ ਮਰਜ਼ੀ ਮਾਂ ਪਿਓ ਨੂੰ ਬਸ ਕਰੀ ਤਾਂ ਮਾਂ ਪਿਓ ਮਾਂ ਨਹੀਂ ਹੁੰਦੇ ਪੇਕੇ। ਸਾਨੂੰ ਤੂੰ ਨਾ ਸਾਡੇ ਟੱਬਰ ਨੂੰ ਚੂਹਿਆਂ ਵਾਲੀ ਦਵਾਈ ਦੇ ਕੇ ਤੇ ਮਰ ਜਾ, ਮੈਂ ਤੈਨੂੰ ਅਸੀਂ ਚੰਗੇ ਨਹੀਂ ਲੱਗਦੇ। ਹਾਏ ਭਾਬੀ, ਤੂੰ ਕਿੱਦਾਂ ਦੀਆਂ ਗੱਲਾਂ ਕਰੀ ਜਾਂਦੀ ਆ। ਮੇਰੇ ਤੇ ਹੁਣ ਪੇਕੇ ਤੇਰੇ ਨਾਲ ਹੀ ਆ, ਵੀਰ ਨਾਲ ਵਾ। ਤੇ ਆਹ ਬਲਸ਼ਣ ਪੁਣਾ ਜਿਹੜਾ ਕਾਂਡੀ ਆ, ਗੱਡੀ ਦਾ ਸਗੋਂ ਤੂੰ ਵਧਾਈ ਦੇਣ ਆਈ ਆ ਤੇ ਤੂੰ ਹਾਰ ਹੋ ਰੋ ਦੱਸਣ ਦੀ ਆ। ਚੱਲ ਭਾਬੀ ਹੌਲੀ ਬੋਲ, ਹੌਲੀ ਬੋਲ ਭਾਬੀ। ਉਹਨੇ ਫਿਰ ਪ੍ਰਾਹੁਣੇ ਨੇ ਅੰਦਰ ਸੁਣ ਲਿਆ ਤੇ ਫਿਰ ਉਹ ਵੀ ਆ ਪ੍ਰਾਹੁਣਾ ਤੇਰਾ ਜੱਜ ਲੱਗਾ ਮੇਰੇ ਤੇ। ਚੱਲ ਭਾਬੀ ਹੌਲੀ ਬੋਲਦਾ, ਹਰ ਚੀਜ਼ ਦਾ ਫਿਰ ਮਿਹਣਾ ਵੱਜਦਾ, ਤੈਨੂੰ ਪਤਾ ਸਹੁਰੇ ਘਰ ਰਹਿਣਾ ਕਿਹੜਾ ਸੌਖਾ ਵਾ ਕਿਤੇ। ਚੱਲ ਆ ਨੀ ਤੂੰ ਚੌਂਕੇ 'ਚ ਵੇਖ ਲਾ ਮੇਰੇ ਨਾਲ, ਫਿਰ ਕਹੇਂਗੀ ਭਾਬੀ ਨੇ ਚੰਗਾ ਨਹੀਂ ਬਣਾਇਆ। ਚੱਲ ਰਹਿਣ ਦੋ ਭਾਬੀ, ਰੋਟੀ ਪਾਣੀ ਅਸੀਂ ਫਿਰ ਜਾਂਦੇ। ਨਹੀਂ ਹੁਣ ਰੋਟੀ ਤਿਆਰ ਕੀਤੀ, ਹੁਣ ਰੋਟੀ ਖਾ ਕੇ ਜਾਇਓਗੇ। ਮੈਂ ਕਿਹਾ ਅਸੀਂ ਲੇਟ ਹੋ ਜਾਣਾ ਵਾ ਫਿਰ। ਨਹੀਂ ਕਿਤੇ ਨਹੀਂ ਲੇਟ ਹੋ ਜਾਂਦੇ, ਨਹੀਂ ਤੇ ਆਓ ਫਰੂਟ ਚਾਟ ਕੱਟ ਲਾ ਨੀ ਜਿਹੜੀ ਭੂਆ ਕੇਲੇ ਲਿਆਈ ਨਿਆਣੇ ਵਾਲੀ। ਹਾਂਜੀ ਹਾਂਜੀ, ਚੱਲ ਠੀਕ ਹੈ, ਮੈਂ ਕਰਦੀ ਤੇਰੇ ਨਾਲ ਬਾਅਦ 'ਚ ਗੱਲ। ਚਾਚੀ ਤੇਰੀ ਤੁਰੀ ਆਉਣ ਡਈ, ਮੈਂ ਚਾਚੀ ਜੀ ਸੁਣਾ ਗੱਲ। ਚਾਚੀ ਕੀ ਆਖਣ ਡਏ? ਚੱਲ ਠੀਕ ਹੈ, ਮੈਂ ਕੀ ਕਰਨ ਡਈ? ਆਓ ਚਾਚੀ, ਆ ਜਾ, ਬੈਠੋ ਬੈਠੋ ਬੈਠੋ। ਕੀ ਕਰਨ ਡਏ ਜੇ? ਕੁਛ ਨਹੀਂ, ਜਾ ਫੋਨ ਆਉਣ ਡਿਆ ਗੁੜੀਆ ਦਾ। ਅੱਛਾ, ਤੇ ਠੀਕ ਠਾਕ ਹੈ? ਹਾਂ ਠੀਕ ਠਾਕ, ਵਧੀਆ ਵਧੀਆ। ਹਾਂ ਤੁਸੀਂ ਆਪਣੀ ਸੁਣਾਓ? ਅਸੀਂ ਵੀ ਠੀਕ ਠਾਕ ਹੈ। ਅੱਛਾ ਅੱਛਾ, ਹੋਰ ਠੀਕ ਠਾਕ ਹੈ? ਹਾਂ ਠੀਕ ਠਾਕ।
ਮਨਪ੍ਰੀਤ ਆਈ ਆ। ਅੱਛਾ ਵੇਖੀ ਗੱਡੀ ਲੱਗੀ ਆ, ਗੱਡੀ ਲੱਗੀ ਆ ਤੇ ਵੇਖਿਆ ਜੋਤੀ ਦੀ ਚਲਾਕੀ। ਮਨਪ੍ਰੀਤ ਆਈ ਤੇ ਉਹ ਦੂਸਰਾ ਦੁੱਧ ਦੇ ਪੈਸੇ ਮੰਗੇ ਹੀ ਨਾ ਉਹਦੇ ਕੋਲ ਤੇ ਉਹ ਅੰਮ੍ਰਿਤ ਕੋਲ ਨਾ ਦੁੱਧ ਦੇ ਪੈਸੇ ਕਲਾ ਦਿੱਤੇ। ਲੈ ਚਾਚੀ ਪੈਸੇ ਮੰਗਦੀ ਆ ਤੇ ਕੁੜੀ ਵੀ ਗਈ ਤੇ ਆਂਦੀ ਚਾਚੀ ਜੀ ਆ ਲੋ ਪੈਸੇ ਹੈ, ਮੈਂ ਕਾਹਦੇ ਆਂਦੀ ਦੁੱਧ ਦੇ ਹੈ ਤੇ ਮੈਂ ਕਿਹਾ ਵੀ ਦੂਸਰਾ ਚੱਲ ਮੈਨੂੰ ਹੁਣ ਕੀ ਪਤਾ ਸੀਗਾ ਤੇ ਮੈਂ ਚੱਲ ਫੀਟ 6-7 ਦਿਨਾਂ ਦੀ ਹੈਗੀ ਆ ਤੇ ਚੱਲ ਫੀਟ ਹੋਰ 6-7 ਦਿਨਾਂ ਦੀ ਹੋਰ ਲੈ ਆਵਾਂਗੇ ਤੇ ਚੱਲ ਦੁੱਧ ਵੱਧ ਜਾਊਗਾ। ਹਾਂ ਆਹੋ ਪਰ ਪ੍ਰੋਬਲਮ ਦੇਖ ਲਓ ਨਹੀਂ ਦੱਸ ਹੈ ਤੇ ਉਹਨੇ ਫਿਰ ਮੈਨੂੰ ਦੱਸਿਆ ਵੀ ਦੀਦੀ ਨੇ ਆਉਣਾ ਵਾ ਤੇ ਵੀ ਆਪਣਾ ਉਹਨੇ ਆਉਣਾ ਵਾ ਵੀ ਉਹਦਾ ਫੋਨ ਆਇਆ ਵਾ ਹਾਂ ਤੇ ਮੈਂ ਜੇ ਚਾਹੀਦੇ ਆ ਤੇ ਤੁਸੀਂ ਵੀ ਪੈਸੇ ਲੈ ਜਾਓ। ਕਹਿੰਦੀ ਵੀ ਚਾਚੀ ਪੈਸੇ ਦੀ ਤੇ ਲੋੜ ਸੀ ਤੇ ਭਾਬੀ ਚਾਚੀ ਮੰਗਦੀ ਆ, ਮੈਂ ਹਾਂ ਮੈਂ ਤੇ ਮੰਗੇ ਹੀ ਹੈ ਨੀ ਗੇ ਪੈਸੇ ਹੈ। ਅੱਛਾ ਤੇ ਉਹ ਚਲੀ ਗਈ ਆ ਵੀ 4 ਮੀਟਰ ਗੁੜੀਆ ਵਾ ਤੇ ਕੀ ਸੋਚੂਗੀ ਦੱਸ ਨਾ ਵੀ ਚਾਚੀਆਂ ਨੂੰ ਮਾਵਾਂ ਦਿਖਾ ਦੇ ਕਰਦੀਆਂ ਤੇ ਵਿਚਾਰੀਆਂ ਜਦੋਂ ਆਪਣਾ ਮਾਂ ਪਿਓ ਆਵੇ ਤੇ ਭੱਜੀ ਫਿਰਦੀ ਇਹ ਸੋਚਦੀ ਹੈਗੀ ਚੱਲ ਮੇਰਾ ਮਾਂ ਪਿਓ ਆਇਆ ਤੇ ਚੱਲ ਮੈਂ ਵੀ ਆਪਣੇ ਮਾਂ ਵਾਂਗੂ ਉਹਨੂੰ ਸਮਝਾਂ ਮਾਂ ਦਾ ਪਿਆਰ ਦਵਾਂ, ਮਾਂ ਦਾ ਪਿਆਰ ਦਵਾਂ। ਮਾਂ ਪਿਓ ਤੇ ਫੋਕਾ ਪਿਆਰ ਦੇ ਜਾਣ ਤੇ ਧੀਆਂ ਦਾ ਵੀ ਮਨ ਵੱਧ ਜਾਂਦਾ ਵਾ। ਉਹ ਪਿੱਛੋਂ ਹੁਣ ਇਹੋ ਵਿਚਾਰੀਆਂ ਦਾ ਆਸਰਾ ਸੀਗਾ ਆਇਆਂ ਨੂੰ ਗੱਲ ਨੂੰ ਲਾ ਲੈਂਦੀ ਤੇ ਚੱਲ ਉਹਦੇ ਨਾਲ ਚਾਰੇ ਠੰਡ ਪੈ ਜਾਣੀ ਸੀ ਤੇ ਇੰਨੀਆਂ 32 ਗੱਲਾਂ ਕਰਦੀ ਆ ਉਹਨੂੰ ਜਦੋਂ ਆਉਂਦੀ ਮੱਥੇ ਵੱਟ ਬੜਾ ਪਾਉਂਦੀ ਆ। ਕੁੜੀਆਂ ਘਾਟ ਪਾ ਦਿੱਤੀ ਮਹਾਰਾਜ ਦਾ ਕੀਤਾ ਹੋ ਗਿਆ ਤੇ ਚਲੋ ਰੱਬ ਦੀ ਕੀਤੀ ਹੋ ਗਈ ਤੇ ਪਰ ਇਹਨਾਂ ਮਾਂ ਦਾ ਪਿਆਰ ਦੇਣਾ ਚਾਹੀਦਾ, ਮਾਂ ਦਾ ਪਿਆਰ ਦੇਣਾ ਚਾਹੀਦਾ ਹਨਾ। ਭਰਜਾਈ ਮਾਂ ਦੀ ਥਾਂ ਹੀ ਹੁੰਦੀ ਆ ਜੇ ਦੂਜੀ ਮਾਂ ਹੁੰਦੀ ਆ ਪਰ ਜਦੋਂ ਸਮਝ ਆਉਂਦੀ ਹੈ ਨਾ ਕੀ ਕਰਨਾ ਫਿਰ ਹਨਾ। ਡੈਡੀ ਜੀ ਉਰੇ ਸੌਂ ਗਏ ਮੁੰਡੇ ਦਾ? ਹਾਂਜੀ ਆ ਸੱਤੇ। ਅੱਛਾ ਮੈਂ ਕਹਿਣ ਡਈ ਸੀ ਮੈਂ ਨਹੀਂ ਜੇ ਦੋਰੇ ਆਇਆ ਕਰਨਾ ਇੱਥੇ। ਕਿਉਂ ਹੈ ਕਦੇ ਨਹੀਂ ਕਰੀਦਾ? ਕਿਉਂ ਹੈ ਭਾਬੀ ਨੇ ਇੰਨੀ ਬੇਇੱਜ਼ਤੀ ਕੀਤੀ ਆ ਕੋਈ ਹਿਸਾਬ ਹੀ ਨਹੀਂ। ਜੇ ਸੁਣ ਲਿਆ ਨਾ ਤੇ ਤੈਨੂੰ ਪਤਾ ਵੀ ਹੈਗਾ ਕਿੰਨੇ ਅੜਬ ਸੁਭਾਅ ਦਾ ਵਾ, ਓਹਨੇ ਝੱਲਣੀ ਆ ਕਿਤੇ। ਪੁੱਛੋ ਇੱਥੇ ਖਲਾਰਾ ਬੜਾ ਪੈ ਜਾਣਾ ਇੰਨੇ ਫਿਰ ਆਪ ਵੀ ਨਹੀਂ ਆਇਆ ਕਰਨਾ ਤੇ ਮੈਨੂੰ ਨਹੀਂ ਆਉਣ ਦਿਆ ਕਰਨਾ। ਇਹਦੀ ਜ਼ਬਾਨ ਹੀ ਨਹੀਂ ਬੰਦ ਹੁੰਦੀ ਕਿਸੇ ਵੇਲੇ ਵੀ। ਤੁਸੀਂ ਮੇਰੇ ਕੋਲ ਆਉਣਾਗੇ ਤੁਸੀਂ ਇਹਦੇ ਕੋਲ ਆਉਣਾ ਡੈਡੀ ਜੀ ਤੁਸੀਂ ਆ ਕੇ ਮਿਲ ਜਾ ਕਰੋ ਉੱਥੇ ਮੈਨੂੰ ਮੈਂ ਇੱਥੇ ਕੀ ਕਰਨ ਆਉਣਾ ਵਾ। ਲੈ ਤੇਰਾ ਆਪਣਾ ਘਰ ਵਾ ਆਉਣਾ ਕਿਉਂ ਨਹੀਂ ਤੂੰ ਜਦੋਂ ਮਰਜ਼ੀ ਆ ਜਾ। ਇਹਦੀ ਦਾਤ ਪਈ ਹੁਣ ਇਹਨੂੰ ਅਸੀਂ ਹੁਣ ਕੀ ਕਰੀਏ ਦੱਸ। ਫਿਰ ਡੈਡੀ ਜੀ ਮੈਂ ਇਕੱਲੀ ਆਇਆ ਕਰੂੰਗੀ ਇਹਨਾਂ ਦੇ ਨਾਲ ਨਹੀਂ ਆਇਆ ਕਰਨਾ। ਆਇਆ ਕਰ ਜਦੋਂ ਮਰਜ਼ੀ ਆ ਜਾ ਕਰ ਮੇਰੇ ਤੇ ਪੇਕੇ ਮੁੱਕ ਗਏ ਨਾ ਇੱਕ ਹਿਸਾਬ ਦੇ। ਏਦਾਂ ਨਹੀਂ ਕਰੀਦਾ ਹੁੰਦਾ
ਇਹਦਾ ਤਾਂ ਹੁਣ ਦਿਮਾਗ ਚ ਨੁਕਸਾ, ਹੁਣ ਕੀ ਕਰੀਏ, ਇਹਨੂੰ ਕਿੱਥੇ ਛੱਡੀਏ, ਇਹਨੂੰ ਨਿੱਕੇ ਨਿੱਕੇ ਨਿਆਣੇ ਆ ਫਿਰ ਤਾਂ ਹਾਂ ਪੱਲੇ ਪਿਆ, ਢੋਲ ਵਜਾਉਣਾ ਪੈਣਾ ਵਾ। ਚਲੋ ਡੈਡੀ ਜੀ, ਤੁਸੀਂ ਆਪਣੇ ਘਰ ਖੁਸ਼ੀ ਰਹੋ, ਆਪਾਂ ਆਪਣੇ ਘਰ ਠੀਕ ਹਾਂ। ਇਹ ਵੀ ਤੇਰਾ ਘਰ ਵਾ, ਜਦੋਂ ਮਾਂ ਹੀ ਡਰਜੀ ਉਦੋਂ ਤਾਂ ਮੇਰਾ ਹੀਗਾ, ਹੁਣ ਮੇਰੇ ਲਈ ਪਰਾਇਆ ਕਰਤਾ ਇਹਨਾਂ ਨੇ। ਕਿਉਂ ਪਰਾਇਆ ਕਰਤਾ? ਅਜੇ ਜਿੰਨਾ ਚਿਰ ਮੈਂ ਜਿੰਦਾ ਵਾਂ ਤੇਰਾ ਆਪਣਾ ਘਰ ਵਾ। ਚਲ ਡਰਜੀ, ਕਿਤੇ ਮਨਜੋਤ ਨਾ ਉੱਠ ਪਣ, ਤੇ ਚਲੋ ਤੇ ਤੁਸੀਂ ਨਾ ਮਨ ਖਰਾਬ ਕਰਿਆ ਕਰੋ, ਕੋਈ ਗੱਲ ਨਹੀਂ, ਇਹ ਮੇਰੀ ਕਿਸਮਤ ਹੀਗੀ। ਨਹੀਂ ਨਹੀਂ ਇੱਦਾਂ ਨਹੀਂ ਕਰੀ ਜਾਂਦਾ, ਤੂੰ ਆਉਣਾ ਵਾ, ਮੈਂ ਆ ਜਿਹਾ ਕਰਨਾ, ਮੰਮੀ ਆ ਜਿਹਾ ਕਰੂੰਗਾ, ਮਨ ਨਹੀਂ ਖਰਾਬ ਕਰਨਾ। ਠੀਕ ਹੈ ਡਰਜੀ, ਕੋਈ ਗੱਲ ਨਹੀਂ। Thank you.